सो वेलकम बैक गाइस, की हाल चाल साथ पूरी सारे बढ़िया हम होंगे। बेलारूस यानी कि बायलार्स विजुअल वीडियो है मीत तनौरी आज बैम्बू बीट्स का म्यूजिक है हरियाणवी ट्रैक है। खासा टाइम हो गया हरियाणवी गाने नु कीते नु रिएक्ट ते आज सुनदे बैम्बू बीट्स हो यानी कि कैट म्यूजिक होगा। बाकी मीत वीर ने पहली बार सुन लगे आज सुनोगे बेलारूस। हरियाणा के बसिंदे पक्के गांव में ठिकाने से मारे घर का मान मारे बड़े शाने से फालतू का कर दे सो ऑफ ना करा सिंपल सा खाना है और सिंपल से पाने से बैरियां का चढ़ा रहा जो सैम देख के छोरे इसी वायरल न्यूज बरगे हाँ दिल के रसाब चिट्टे दूध बरगे सन सन त्याली की बंदूक बरगे दबदा जो कोना यो खेरा देख के देसी से छोरे बेलारूस बरगे देसी से छोरे बेलारूस बरगे माला सर के देसिया ते छोटे आ बायलार्स में वैसे क्या कहता है कि मोस्ट पावरफुल ट्रैक्टर मतलब पुराने जमाने का सब तो ताकतवर ट्रैक्टर से राजदूत पहुंचे करता बाकी ठीक है यार वोकल सोनी है ना मुंडे दी मतलब जो म्यूजिक दे नाल एंड मैच कट्ठी टाइट होके चल रही है वधिया वर्क कीता है यार ऑडियो ते हेटरां की छाती गीत पाड़े सनू अरो तीस डिस्का की धरती पाड़े चिकने नहीं है चोपर
ਕੋਈ ਵਾਧੂ ਅੰਕਲ ਨਹੀਂ ਮੁੱਕਦਾ ਸਾਰੀ ਜ਼ਿੰਦਗੀ ਜੋੜ ਲੈ ਜਾਣਾ ਜੰਮ ਜਮ ਆਈ ਜਾਣਾ ਦੁਬਾਰੇ ਤਾਂ ਵੀ ਕੋਈ ਚੱਕਰ ਨਹੀਂ ਦਿਲ ਕੇਰਾ ਸਾਫ ਚਿੱਟੇ ਦੂਦ ਵਰਗੇ ਓਕੇ ਬ੍ਰੋ ਕੈਟ ਵਰਕ ਕੈਟ ਗੱਲਬਾਤ ਤੇ ਬਹੁਤ ਹੀ ਸੋਹਣਾ ਟਰੈਕ ਸੀਰੀਅਸਲੀ ਮੈਂ ਕਹਿੰਦਾ ਕਿ ਮੇਰੀ ਉਮੀਦ ਤੋਂ ਵੱਧ ਕੇ ਟਰੈਕ ਨਿਕਲਿਆ ਮੈਂ ਕਿਉਂਕਿ ਮੈਨੂੰ ਇਹ ਸੀਗਾ ਕਿ ਨਿਊ ਕਲਾਕਾਰ ਹੈ ਹਰਿਆਣਵੀ ਤਾਂ ਸੁਣਦੇ ਹਾਂ ਕੀ ਚੀਜ਼ ਆ ਬਟ ਐਕਚੁਅਲ 'ਚ ਯਾਰ ਬਹੁਤ ਪਿਆਰਾ ਗੀਤ ਸੀਗਾ ਗਾਣੇ ਦੇ ਵਿੱਚ ਓਵਰਆਲ ਕੀ ਹੈ ਮਿੱਟੀ ਦੀ ਗੱਲ ਓਵਰਆਲ ਇੱਕ ਨਾ ਬੜਾ ਵਧੀਆ ਚੇਂਜ ਆਇਆ ਮਿਊਜ਼ਿਕ ਇੰਡਸਟਰੀ ਦੇ ਵਿੱਚ ਅਸੀਂ ਬ੍ਰੈਂਡਾਂ ਨੂੰ ਛੱਡ ਕੇ ਅਸੀਂ ਆਪਣੀਆਂ ਚੀਜ਼ਾਂ ਦੇ ਉੱਤੇ ਮਾਣ ਕਰਨ ਲੱਗ ਗਏ ਅਸੀਂ ਇੱਕ ਟਾਈਮ 'ਤੇ ਖੇਤੀਬਾੜੀ ਇਹਨਾਂ ਸਾਰੇ ਦੇ ਸੰਦਾਂ ਦੀ ਗੱਲ ਵੀ ਨਹੀਂ ਸੀ ਕਰਦੇ ਸੀ ਬੜਾ ਛੋਟਾ ਮੋਟਾ ਸਮਝਦੇ ਸੀ ਇਹਨਾਂ ਚੀਜ਼ਾਂ ਨੂੰ ਬਟ ਹੁਣ ਥੋੜ੍ਹਾ ਚੇਂਜ ਆਇਆ 2016-17 ਤੋਂ ਬਾਅਦ ਨਾ ਮਿਊਜ਼ਿਕ ਇੰਡਸਟਰੀ ਦੇ ਵਿੱਚ ਜਦੋਂ ਦੇ ਐਮੀ ਬਾਈ ਹੋਰੀ ਰਣਜੀਤ ਬਾਈ ਹੋਰੀ ਆਏ ਨੇ ਮਤਲਬ 2013-14 ਰਣਜੀ ਕਹਿਤਾ ਕੁਲਵੀਰ ਸਿੰਘ ਜਰੋਰੀ ਤਰਸਿਮ ਜੱਸੜ ਬਾਈ ਹੋਰੀ ਬੜਾ ਚੇਂਜ ਲਿਆ ਤਾ ਇਹਨਾਂ ਲੋਕਾਂ ਨੇ ਯਾਰ ਇਹਨਾਂ ਲੋਕਾਂ ਨੇ ਮਿੱਟੀ ਨਾਲ ਪਿਆਰ ਕਰਨਾ ਸਿਖਾਤਾ ਲੋਕਾਂ ਨੂੰ ਠੀਕ ਆ ਅਤੇ ਬਾਕੀ ਸਿੱਧੂ ਮੂਸੇ ਵਾਲੇ ਬਾਈ ਹੋਰਾਂ ਨੇ ਤਾਂ ਟਰੈਕਟਰਾਂ ਨਾਲ ਪਿਆਰ ਕਰਨ ਲਾਤੇ ਮੁੰਡੇ ਟਰੈਕਟਰਾਂ ਦੇ ਜਾਣ 'ਤੇ ਮੁੰਡੇ ਹੈ ਨਾ ਪਿੰਡਾਂ 'ਚ ਉਹ ਬੜਾ ਫਰਕ ਪਿਆ ਬਹੁਤ ਚੀਜ਼ ਨਾਲ ਫਰਕ ਪਿਆ ਇਹਦੇ ਨਾਲ ਠੀਕ ਆ ਹਾਂ ਬ੍ਰੈਂਡ ਵੀ ਮਾੜੀ ਗੱਲ ਨਹੀਂ ਬ੍ਰੈਂਡ ਵੀ ਪਾਉਣੇ ਚਾਹੀਦੇ ਆ ਬਟ ਜੋ ਆਪਣਾ ਹੈ ਨਾ ਜੋ ਪੰਜਾਬ ਜੋ ਹਰਿਆਣਾ ਜੋ ਇੱਕ ਇੰਡੀਆ ਦਾ ਇੱਕ ਆਪਣਾ ਬ੍ਰੈਂਡ ਹੈ ਸਾਡੀ ਖੇਤੀਬਾੜੀ ਸਾਡੇ ਟਰੈਕਟਰ ਸਾਡਾ ਦੇਸੀ ਪਹਿਨਾਵਾ ਠੀਕ ਹੈ ਕੁੜਤੇ ਪਜਾਮੇ ਧੋਤੀਆਂ ਵਗੈਰਾ ਸਾਰਾ ਕੁਛ ਉਹ ਚੀਜ਼ ਦਾ ਵੀ ਮਾਣ ਮਹਿਸੂਸ ਕਰਨ ਲੱਗ ਗਿਆ ਹੁਣ ਸਾਰੇ ਨਾਈਸ ਵਰਕ ਯਾਰ ਅਤੇ ਬਹੁਤ ਸੋਹਣਾ ਮਿਊਜ਼ਿਕ ਦਿੱਤਾ ਬੈਂਬੂ ਬੀਟਸ ਨੇ ਗਾਣਾ ਕਿਤੇ ਵੀ ਇੱਦਾਂ ਫੀਲ ਨਹੀਂ ਹੁੰਦਾ ਕਿ ਕਿਤੇ ਬੋਰ ਕਰ ਰਿਹਾ ਜਾਂ ਲੰਬਾ ਫੀਲ ਹੋ ਰਿਹਾ ਨਾ ਪੂਰਾ ਬੰਦੇ ਨੂੰ ਜੋੜ ਕੇ ਰੱਖਦਾ ਆਪਣੇ ਆਪ ਨਾਲ ਅਤੇ ਵਿਜੂਅਲਸ ਬਹੁਤ ਸੋਹਣੇ ਰੱਖੇ ਆ ਨਾਲ ਬਾਕੀ ਦੈਟਸ ਆਲ ਮਿਲਦੇ ਛੇਤੀ ਨਵੇਂ ਰਿਐਕਸ਼ਨ ਸਤਿ ਸ਼੍ਰੀ ਅਕਾਲ